अज मैं कांग्रेसियों भी कहना चाहना तो उठो पहला वड़िंग साहब दे रंधावा साहब दे अज उन्होंने घर वाली ने मूहरे नचोगे अज उन्होंने मूहरे ढोल बजाओगे उन्होंने हार पाओगे तुसी मरगे गुगा गुड़ा को कर दे बूथा ते तुसी रोज कन्विंसिंग हुण तुसी जिन्हां दा की दे केड़ी केड़ी जंग लड़ी आ जी केड़ी इन्हां ने जंग लड़ी आ जिहड़ी कि इन्हां दीआं घर वालीआं नूं टिकटां मिल रही क्यों मिल रही क्योंकि राहुल गांधी सोनिया गांधी ते वायनाड जदों आप हटिया किसी वर्कर की नहीं किनूं टिकट दित्ती अपनी भैण नूं अपने सौ प्रियंका गांधी नूं ते इत्थे की बोल सकदा उह ताही कहने कांग्रेस पार्टी सिर्फ ये लीडरां दे ते ये परिवारां दी पार्टी रह गई उदों बाद वर्कर नूं मैं मिंत करदा साडे अरगे छड्ड के ताही गए ने सिर्फ ते सिर्फ इत्थे कोई वर्कर दी पुछ नहीं अज राजा बड़िंग साहब नूं मैं इक्को ही सवाल पुछना जदों तुसी स्टेजां ते अज तक तुसी इही कह के वोटां लईआं जिन्नी वार भी एमएलए बने चाहे लुधियाने जाके तुसी बने इही कह के भी मेरा कोई सियासत नहीं मैं तां गरीब घर दा नौजवान उठ के इत्थे तक पहुंचिया अज पर उस गरीब नूं उस राजा वड़िंग साहब नूं कोई एक एक मिसाल कायम करदे अज जे माड़ी मोटी सच हुंदी इहदा मतलब सी सिर्फ अपने अगे भी परिवारां नूं इह अगे अपने बच्चियां नूं टिकटां देणगे बड़ी वधिया गल कीती आ उहनां नूं लोकां नाल की उहनां नूं लोकां नूं की उहनां नूं तां अपणियां घर वालियां तक उह लोकां नाल कोई नहीं जिहड़े लोक ਇਹ ਗੱਲ ਕਰਦੇ ਸੀ ਨਾ ਆਮ ਆਮ ਅੱਜ ਮੈਂ ਪੁੱਛਣਾ ਇੱਥੇ ਸਾਡੇ ਨਾਲ ਹੀ ਸੀ ਮੇਰੇ ਨਾਲ ਯੂਥ ਕਾਂਗਰਸ ਕੌਣੀ ਅੱਜ ਮੈਂ ਉਹ ਸਾਰੇ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਰਾਹੁਲ ਗਾਂਧੀ ਨੇ 2008 ਚ ਇੱਕ ਹੋਕਾ ਦਿੱਤਾ ਸੀ ਵੀ ਆਮ ਨੌਜਵਾਨ ਆਮ ਘਰਾਂ ਦੇ ਨੌਜਵਾਨ ਮੈਂ ਐਮਐਲਏ ਮੰਤਰੀ ਉਹ ਬਣਾਉਣੇ ਆ ਤੇ ਉਸੇ ਤਰੀਕੇ ਚ ਇਹ ਜਿਹੜੇ ਵੜਿੰਗ ਸਾਹਿਬ ਨੇ ਜਾਂ ਹੋਰ ਨੇ ਉਸ ਵੇਲੇ ਇਹ ਨੌਜਵਾਨ ਆਏ ਸੀ ਕਹਿੰਦੇ ਸੀ ਅਸੀਂ ਆਮ ਆ ਅੱਜ ਜਦੋਂ ਆਪ ਦੀ ਵਾਰੀ ਆਈ ਅੱਜ ਸਾਰੇ ਦਾ ਸਾਰਾ ਜਿਹੜਾ ਭਾਂਡਾ ਖੁੱਲ ਗਿਆ ਅੱਜ ਕੋਈ ਗਿੱਦੜਵਾਂ ਚ ਕਾਂਗਰਸੀ ਨਹੀਂ ਮਿਲਿਆ ਅੱਜ ਮੈਂ ਕਾਂਗਰਸੀਆਂ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਤਾਂ ਉੱਠੋ ਪਹਿਲਾਂ ਤੁਸੀਂ ਵੜਿੰਗ ਸਾਹਿਬ ਦੇ ਰੰਧਾਵਾ ਸਾਹਿਬ ਦੇ ਅੱਜ ਉਹਨਾਂ ਦੇ ਘਰ ਵਾਲੀ ਦੇ ਮੂਹਰੇ ਨੱਚੋਗੇ ਅੱਜ ਉਹਨਾਂ ਦੇ ਮੂਹਰੇ ਢੋਲ ਵਜਾਓਗੇ ਉਹਨਾਂ ਦੇ ਹਾਰ ਪਾਓਗੇ ਤੁਸੀਂ ਮਰਗੇ ਗੁਗਾ ਗੁੜਾ ਕੋ ਕਰਦੇ ਬੂਥਾਂ ਤੇ ਤੁਸੀਂ ਰੋਜ਼ ਕਨਵਿੰਸਿੰਗ ਹੁਣ ਤੁਸੀਂ ਜਿਨ੍ਹਾਂ ਦਾ ਕੀ ਕਿਹੜੀ ਕਿਹੜੀ ਜੰਗ ਲੜੀ ਆ ਜੀ ਕਿਹੜੀ ਇਹਨਾਂ ਨੇ ਜੰਗ ਲੜੀ ਆ ਜਿਹੜੀ ਕਿ ਇਹਨਾਂ ਦੀਆਂ ਘਰ ਵਾਲੀਆਂ ਨੂੰ ਟਿਕਟਾਂ ਮਿਲ ਰਹੀਆਂ ਕਿਉਂ ਮਿਲ ਰਹੀਆਂ ਕਿਉਂਕਿ ਰਾਹੁਲ ਗਾਂਧੀ ਸੋਨੀਆ ਗਾਂਧੀ ਤੇ ਵਾਇਨਾਡ ਜਦੋਂ ਆਪ ਹਟਿਆ ਕਿਸੇ ਵਰਕਰ ਦੀ ਨਹੀਂ ਕਿਹਨੂੰ ਟਿਕਟ ਦਿੱਤੀ ਆਪਣੀ ਭੈਣ ਨੂੰ ਆਪਣੇ ਸੌ ਪ੍ਰਿਯੰਕਾ ਗਾਂਧੀ ਨੂੰ ਤੇ ਇੱਥੇ ਕੀ ਬੋਲ ਸਕਦਾ ਉਹ ਤਾਂ ਹੀ ਕਹਿੰਦੇ ਕਾਂਗਰਸ ਪਾਰਟੀ ਸਿਰਫ ਇਹ ਲੀਡਰਾਂ ਦੇ ਤੇ ਇਹ ਪਰਿਵਾਰਾਂ ਦੀ ਪਾਰਟੀ ਰਹਿ ਗਈ ਉਦੋਂ ਬਾਅਦ ਵਰਕਰ ਨੂੰ ਮੈਂ ਮਿੰਤ ਕਰਦਾ ਸਾਡੇ ਅਰਗੇ ਛੱਡ ਕੇ ਤਾਂ ਹੀ ਗਏ ਨੇ ਸਿਰਫ ਤੇ ਸਿਰਫ ਇੱਥੇ ਕੋਈ ਵਰਕਰ ਦੀ ਪੁੱਛ ਨਹੀਂ ਅੱਜ ਰਾਜਾ ਬੜਿੰਗ ਸਾਹਿਬ ਨੂੰ ਮੈਂ ਇੱਕੋ ਹੀ ਸਵਾਲ ਪੁੱਛਣਾ ਜਦੋਂ ਤੁਸੀਂ ਸਟੇਜਾਂ ਤੇ ਅੱਜ ਤੱਕ ਤੁਸੀਂ ਇਹੀ ਕਹਿ ਕੇ ਵੋਟਾਂ ਲਈਆਂ ਜਿੰਨੀ ਵਾਰ ਵੀ ਐਮਐਲਏ ਬਣੇ ਚਾਹੇ ਲੁਧਿਆਣੇ ਜਾ ਕੇ ਤੁਸੀਂ ਬਣੇ ਇਹੀ ਕਹਿ ਕੇ ਵੀ ਮੇਰਾ ਕੋਈ ਸਿਆਸਤ 'ਚ ਨਹੀਂ ਮੈਂ ਤਾਂ ਗਰੀਬ ਘਰ ਦਾ ਨੌਜਵਾਨ ਉੱਠ ਕੇ ਇੱਥੇ ਤੱਕ ਪਹੁੰਚਿਆ ਅੱਜ ਪਰ ਉਸ ਗਰੀਬ ਨੂੰ ਉਸ ਰਾਜਾ ਬੜਿੰਗ ਸਾਹਿਬ ਨੂੰ ਕੋਈ ਇੱਕ ਇੱਕ ਮਿਸਾਲ ਕਾਇਮ ਕਰਦੇ ਅੱਜ ਜੇ ਮਾੜੀ ਮੋਟੀ ਸੱਚ ਹੁੰਦੀ ਇਹਦਾ ਮਤਲਬ ਸੀ ਸਿਰਫ ਆਪਣੇ ਅੱਗੇ ਵੀ ਪਰਿਵਾਰਾਂ ਨੂੰ ਇਹ ਅੱਗੇ ਆਪਣੇ ਬੱਚਿਆਂ ਨੂੰ ਟਿਕਟਾਂ ਦੇਣਗੇ ਇਸ ਕਰਕੇ ਅੱਜ ਵੀ ਕਾਂਗਰਸੀ ਜਾਗ ਪੋ ਦੋ ਬੰਦਿਆਂ ਸਭ ਤੋਂ ਸੀਨੀਅਰ ਇੱਕ ਜਨਰਲ ਸੈਕਟਰੀ ਸੁੱਖੀ ਰੰਧਾਵਾ ਉਹਨਾਂ ਨੇ ਵੀ ਟਿਕਟ ਕਿਹਨੂੰ ਦਿੱਤੀ ਆਪਣੀ ਘਰ ਵਾਲੀ ਨੂੰ ਅੱਗੇ ਉਹਨਾਂ ਦਾ ਮੁੰਡਾ ਤਿਆਰ ਆ ਇੱਧਰ ਵੀ ਕਿਹਨੂੰ ਦਿੱਤੀ ਆਪਣੀ ਘਰ ਵਾਲੀ ਨੂੰ ਅੱਗੇ ਬੱਚੇ ਤਿਆਰ ਨੇ ਇਸ ਕਰਕੇ ਇਹ ਸਵਾਲ ਪੁੱਛਣ ਵਾਲੇ ਗੱਲਾਂ ਏ ਜੇ ਉਹ ਗੱਲਾਂ ਅੱਗੇ ਪਾਲਣਗੇ ਉਹਨਾਂ ਦੀ ਮਰਜ਼ੀ ਪੋਲੀਟੀਕਲ ਬੰਦੇ ਅੱਗੇ ਗੱਲ ਪਾਉਣ 'ਚ ਤਾਂ ਤਿਆਰ ਹੀ ਹੁੰਦੇ ਆ ਪਰ ਅੱਜ ਉਹ ਭਾਂਡਾ ਫੁੱਟ ਗਿਆ ਪਰ ਮੈਂ ਕਾਂਗਰਸੀਆਂ ਨੂੰ ਇਹ ਕਹਿਣਾ ਚਾਹੁੰਦਾ ਸਾਰੇ ਹੀ ਗਿੱਦੜਵਾਏ ਦਿਨ ਅੱਜ ਤੁਸੀਂ ਕੰਮ ਕਰਦੇ ਉਰੇ ਮੈਨੂੰ 95 ਦੇ ਕਾਂਗਰਸੀ ਵਰਕਰ ਦੀ ਕਦੇ ਸੁਣੀ ਨਹੀਂ ਜਾਊਗੀ ਅੱਜ ਮੌਕਾ ਸੁਣਾਉਣ ਦਾ।